हाँ जी, सत श्रीकाल जी सारिया नूं। मैं सब तो पहला तुहानूं रिक्वेस्ट करना चाहुंदी हां कि मेरे चैनल नूं सबसक्राइब ते वीडियो नूं लाइक कमेंट ते शेयर जरूर करियो। हाँ देखो जी बिल्लियाँ, ये दोपहर का टाइम हुआ, दोपहर की रोटी खानी है। लो जी आ गई हैं साडियां परौणियां। जिहड़ी पहले नंबर ते है ये हैगी बिल्ली, आ बच्चा इहदा एक होर होया नाल, वो अज आया नहीं, ਉਹਦਾ ਨਹੀਂ ਤਾਂ ਤਿੰਨੇ ਆਉਂਦੇ ਇਹ ਰੋਟੀ ਖਾਣ। ਹੁਣ ਦੁਪਹਿਰਾ ਹੋਇਆ ਆ, ਹੁਣ ਦੁਪਹਿਰ ਦੀ ਰੋਟੀ ਖਾਣ ਆਏ ਆ। ਸਵੇਰ ਨੂੰ ਵੀ ਆਉਂਦੀਆਂ, ਦੁਪਹਿਰ ਨੂੰ ਵੀ ਆਉਂਦੀਆਂ ਅਤੇ ਰਾਤ ਨੂੰ ਵੀ। ਜਦੋਂ ਇਹਨਾਂ ਨੂੰ ਭਾਂਡਿਆਂ ਦੀ ਆਵਾਜ਼ ਖੜਕਣ ਦੀ ਸੁਣਦੀ ਆ ਤਾਂ ਦਬਾ ਦਬ ਨੱਠੀਆਂ ਆਉਂਦੀਆਂ ਕਿ ਰਸੋਈ 'ਚ ਕੁਛ ਆ ਗਿਆ ਅਤੇ ਰੋਟੀ ਖਾ ਲਈਏ। ਰੋਟੀ ਖਾਣੀ ਹੈ? ਤੀਜਾ ਕਿੱਥੇ ਆ? ਨਾਲ ਦਾ ਕਿੱਥੇ ਆ ਤੇਰਾ? ਆਇਆ ਨਹੀਂ? ਕਿੱਥੇ ਗਿਆ ਉਹ? ਕਿੱਥੇ ਆ? ਆਇਆ ਨਹੀਂ ਅੱਜ? ਲਓ ਜੀ ਹੁਣ ਉਹਨੂੰ ਰੋਟੀ ਪਾ ਦਈਏ। ਦੋ ਕੁ ਪਾ ਦਿੰਦੇ ਆਪਾਂ ਰੋਟੀਆਂ ਨੂੰ, ਕਈ ਵਾਰ ਤਾਂ ਇਹਨਾਂ ਨੇ ਸਪੈਸ਼ਲ ਹੀ ਬਣਾਈ ਦੀਆਂ ਰੋਟੀਆਂ। ਰੋਟੀ ਇੰਨੀ ਕੁ ਰੋਟੀ ਪਾ ਦਿੰਦੇ ਹਾਂ, ਦੋ ਜਾਣੀਆਂ ਹੀ ਹੈਗੀਆਂ ਅੱਜ। ਚੱਲ ਪਿੱਛੇ ਹੋ ਜਾਓ, ਪਿੱਛੇ ਹੋ ਜਾਓ, ਪਿੱਛੇ ਹੋ ਜਾਓ। ਦੇਖੋ ਜੀ ਕਿੱਦਾਂ ਜੁੜ ਗਈਆਂ ਖਾਣ। ਇਹ ਸਿਆਲ ਦੀਆਂ ਸਾਡੇ ਘਰ ਹੀ ਰਹਿੰਦੀਆਂ ਆ, ਇਹ ਸਿਆਲ 'ਚ ਬੱਚੇ ਹੋਏ ਸੀ ਅਤੇ ਦੇਖੋ ਗਰਮੀਆਂ ਆ ਜੇ ਕਿੱਡੇ ਕਿੱਡੇ ਹੋ ਗਏ ਆ, ਇੱਕੋ ਜਿਹੇ ਲੱਗਦੇ ਆ ਮਾਂ ਪੁੱਤ। ਇਹ ਇੰਨੀਆਂ ਸਿਆਣੀਆਂ ਹੈ ਕਿ ਜੋ ਵੀ ਆਪਣੀ ਕਿਰਿਆ ਆ ਬਾਹਰ ਜਾ ਕੇ ਕਰਦੀਆਂ ਆ ਖੇਤਾਂ ਦੇ ਵਿੱਚ, ਉਹ ਤੁਹਾਨੂੰ ਮੈਂ ਗੇਟ ਦਿਖਾਉਂਦੀ ਹਾਂ। ਆ ਜਾਓ, ਪਹਿਲਾਂ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿੱਥੇ ਰਹਿੰਦੀਆਂ। ਇਹ ਪਾਰਕ ਦੇ ਵਿੱਚ ਇੱਥੇ ਰਹਿੰਦੀਆਂ, ਇੱਥੇ ਖੇਡਦੇ ਰਹਿੰਦੇ ਆ। ਇਹ ਮਾਂ ਨੇ ਸਾਰਿਆਂ ਨੂੰ ਆਹ ਵਾਲੇ ਅੰਬ 'ਤੇ ਚੜ੍ਹਨਾ ਸਿਖਾਇਆ, ਇੱਕ ਉਹ ਅੰਬ ਆ ਉੱਤੇ ਚੜ੍ਹਨਾ ਸਿਖਾਇਆ। ਅਸੀਂ ਰੋਜ਼ ਦੇਖਦੇ ਹੁੰਦੇ ਸੀ ਇਹਨਾਂ ਨੂੰ, ਅਤੇ ਇੱਥੇ ਇਹ ਖੇਡਦੇ ਹੁੰਦੇ ਸੀ, ਬੰਦਕ ਬਾਜੀਆਂ ਲਾਉਂਦੇ ਹੁੰਦੇ ਸੀ। ਮਾਂ ਸਾਰਾ ਕੁਛ ਸਿਖਾਲਦੀ ਬੱਚਿਆਂ ਨੂੰ। ਅਤੇ ਜਦੋਂ ਇਹ ਹੋਏ ਸੀਗੇ, ਇਹ ਹੋਏ ਇੱਥੇ ਆ, ਅਸੀਂ ਇੱਥੇ ਲੱਕੜਾਂ ਰੱਖੀਆਂ ਆ ਇਹਨਾਂ ਦੇ ਵਿੱਚ ਹੋਏ ਸੀਗੇ। ਉਹ ਵੀ ਅਸੀਂ ਕਿਸੇ ਕੰਮ ਲਈ ਅਸੀਂ ਇੱਧਰ ਆਏ ਤਾਂ ਅਸੀਂ ਦੇਖਿਆ ਕਿ ਇੱਥੇ ਬਲੂੰਗੜੇ ਆ, ਅਤੇ ਫਿਰ ਅਸੀਂ ਇੱਦਾਂ ਲੱਕੜ ਚੱਕ ਕੇ ਦੇਖਿਆ ਤਾਂ ਛੋਟੇ ਛੋਟੇ ਸੀਗੇ, ਬਿਲਕੁਲ ਛੋਟੇ ਛੋਟੇ, ਹਜੇ ਜਨਮ ਹੋਇਆ ਹੀ ਸੀਗਾ, ਇੱਕ ਦੋ ਦਿਨਾਂ ਦੇ ਸੀਗੇ। ਉਸ ਤੋਂ ਬਾਅਦ ਸਾਨੂੰ ਕੱਢਣ ਦਾ ਵੀ ਜੀ ਨਹੀਂ ਕੀਤਾ ਕਿ ਚਲੋ ਪੈਦਾ ਹੋਏ ਆ ਕਿ ਇਹਨਾਂ ਨੂੰ ਇੱਥੇ ਰਹਿਣ ਦਈਏ। ਉਸ ਤੋਂ ਬਾਅਦ ਅਸੀਂ ਇਹਨੂੰ ਰੋਟੀ ਪਾਉਣੀ ਸ਼ੁਰੂ ਕਰ ਦਿੱਤੀ, ਅਤੇ ਹੁਣ ਇਹ ਰੋਟੀ ਖਾ ਖਾ ਕੇ ਇੱਡੇ ਵੱਡੇ ਹੋ ਗਏ ਆ, ਅਤੇ ਤਿੰਨੋਂ ਟਾਈਮ ਆਉਂਦੇ ਆ ਇਹ ਸਾਡੇ, ਇੱਥੋਂ ਹੀ ਥੋੜ੍ਹਾ ਬਹੁਤਾ ਪਾਣੀ ਪੂਣੀ ਪੀ ਲੈਂਦੇ ਆ। ਅਤੇ ਇੱਥੋਂ ਘੇੜ ਗੁੱਦ ਕੇ ਜਾਂ ਤਾਂ ਇਹਨਾਂ ਨੇ ਰਾਤ ਨੂੰ ਆਹ ਗੱਡੀਆਂ ਦੇ ਥੱਲੇ ਸੌਂ ਜਾਣਾ ਆ, ਇੱਕ ਉਹ ਗੱਡੀ ਆ ਕਾਂ ਆ, ਉੱਧਰ ਗੱਡੀ ਥੱਲੇ ਸੌਂ ਜਾਂਦੀਆਂ ਆ। ਅਤੇ ਰਾਤ ਨੂੰ ਇਹਨਾਂ ਦਾ ਜਿੱਦਾਂ ਕਹਿ ਲਓ ਕਿ ਡੈਡੀ ਮਤਲਬ ਕਿ ਬਿੱਲਾ, ਉਹ ਵੀ ਆ ਜਾਂਦਾ। ਅਤੇ ਇੱਥੋਂ ਬਾਹਰ ਨਿਕਲ ਕੇ ਇਹ ਬਾਹਰ ਸਾਰੀ ਕਿਰਿਆ ਕਰਦੀਆਂ, ਆਪਣੀਆਂ ਬਾਥਰੂਮ ਟੋਇਲਟ ਜੋ ਵੀ ਆ ਬਾਹਰ ਜਾ ਕੇ ਕਰਦੀਆਂ, ਇਹ ਇੰਨੀਆਂ ਸਿਆਣੀਆਂ ਅੰਦਰ ਨਹੀਂ ਗੰਦ ਪਾਉਂਦੀਆਂ। ਅਤੇ ਮੁੜ ਕੇ ਫਿਰ ਉਹ ਉੱਥੇ ਪਹੁੰਚ ਜਾਂਦੀਆਂ ਤਿੰਨੇ ਟਾਈਮ ਸਾਡੇ ਘਰ, ਸਾਰਾ ਦਿਨ ਇੱਥੇ ਖੇਡਦੀਆਂ ਆ। ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਲੱਗੀ ਆ ਤਾਂ ਸ਼ੇਅਰ ਜ਼ਰੂਰ ਕਰਿਓ, ਲਾਈਕ ਵੀ ਕਰਿਓ, ਕਮੈਂਟ ਕਰਿਓ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਹਾਂ ਦੇਖੋ ਜੀ ਤੀਜਾ ਵੀ ਆ ਗਿਆ, ਦੋ ਬੱਚੇ ਆ ਇਹਦੇ, ਤੀਜੀ ਇਹ ਮਾਂ ਆ ਜਿਹੜੀ ਕਾਲੀ ਜੀ ਆ, ਤਿੰਨੋਂ ਆਉਂਦੀਆਂ ਆ ਅਤੇ ਬਿੱਲਾ ਨਹੀਂ ਆਉਂਦਾ। ਬਿੱਲਾ ਰਾਤ ਨੂੰ ਹੀ ਬਸ ਆਉਂਦਾ, ਉਹ ਸਾਰਾ ਦਿਨ ਬਾਹਰ ਹੀ ਘੁੰਮਦਾ ਰਹਿੰਦਾ ਹੈ। ਖਾ ਲਈ ਰੋਟੀ? ਫਿਨਿਸ਼ ਹੋ ਗਈ? ਮਾਓ ਆਹ ਦੇਖੋ ਜੀ ਆਪਣੀ ਜਗ੍ਹਾ 'ਤੇ ਪਹੁੰਚ ਗਈਆਂ, ਇੱਥੇ ਹੀ ਰਹਿੰਦੀਆਂ ਇਹ ਬੂਟਿਆਂ ਦੇ ਵਿੱਚ ਹੀ।
ਇਹ ਆਏ ਆ ਹੁਣ ਸਰਦਾਰ ਜੀ ਨੂੰ ਦੇਖ ਕੇ ਤੇ ਭੱਜ ਗਈਆਂ ਆ ਕਿ ਮੈਨੂੰ ਕੁਛ ਕਹਿਣਗੇ ਇਹ। ਤਿੰਨੋਂ ਟਾਈਮ ਪਾ ਦੇਈ ਦੀ ਅਸੀਂ ਰੋਟੀ, ਕਦੀ ਇੱਕ ਪਾ ਦੇਈ ਦੀ, ਕਦੀ ਦੋ ਪਾ ਦੇਈ ਦੀ ਆ। ਹਲੋ ਜੀ, ਲੈ ਲਓ ਆ ਜਾਓ। ਹਰ ਸਾਹਿਬ ਵੀ ਬਹੁਤ ਖੁਸ਼ ਹੁੰਦਾ ਇਹਨਾਂ ਨੂੰ ਦੇਖ ਕੇ, ਰੋਜ਼ ਇਹਨਾਂ ਨੂੰ ਦੇਖਦਾ ਹੈ, ਸ਼ਾਮ ਨੂੰ ਵੀ, ਸਵੇਰ ਨੂੰ ਵੀ, ਦੁਪਹਿਰ ਨੂੰ ਵੀ ਇੱਥੇ ਹੀ ਰਹਿੰਦੀਆਂ ਇਹ ਛਾਵੇਂ। ਕਈ ਜ਼ਿਆਦਾ ਧੁੱਪ ਸੀਗੀ ਤਾਂ ਉਹ ਅੰਦਰ ਵੜ ਜਾਂਦੀਆਂ ਹੁੰਦੀਆਂ ਸੀ ਡਰੰਮਾਂ ਦੇ ਥੱਲੇ। ਇੱਧਰ ਸਾਡਾ ਸਟੋਰ ਆ, ਸਟੋਰ ਦੇ ਵਿੱਚ, ਅਤੇ ਹੁਣ ਜਦੋਂ ਦੀਆਂ ਇਹ ਆਈਆਂ ਸਾਡੇ ਘਰ ਕਦੀ ਚੂਹੇ ਨਹੀਂ ਦੇਖਣ ਨੂੰ ਮਿਲੇ, ਨਾ ਚੂਹੇ ਨਾ ਚੂਈਆਂ, ਕਦੀ ਨਹੀਂ ਅਸੀਂ ਚੂਈਆਂ ਦੇਖੀਆਂ ਨਾ ਚੂਹੇ ਦੇਖੇ, ਸਾਡੇ ਘਰ ਘੱਟ ਗਏ ਆ। ਢਿੱਡ ਨਹੀਂ ਭਰਿਆ ਮੈਨੂੰ ਲੱਗਦਾ, ਹੋਰ ਮੰਗਦੇ ਰੋਟੀ। ਇਹ ਵੀ ਚੱਲਾ ਆਪਣੀ ਮੰਮੀ ਦੇ ਕੋਲ ਹੀ, ਇਹ ਆ ਦੇਖ ਚੱਲ ਗਿਆ, ਜਿੱਥੇ ਜੰਮੇ ਆ ਉੱਥੇ ਚੱਲ ਗਏ ਆ। ਇੱਕ ਕਿਸਮ ਨਾਲ ਉਹਨਾਂ ਦੀ ਜਨਮ ਭੂਮੀ ਬਣ ਗਈ ਇਹ। ਹੁਣ ਡਰਦੇ ਆ ਕਿ ਸਾਨੂੰ ਕੁਛ ਕਹਿਣਗੇ। ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ ਨਾ, ਮੈਂ ਵੀਡੀਓ ਬਣਾਉਣ ਡਈ ਹਾਂ ਤਾਂ ਕਰਕੇ ਡਰਨ ਡਏ ਇਹ। ਮੰਮੀ ਉਹਨਾਂ ਦੀ ਉੱਪਰ ਚੜ ਗਈ, ਇਕੱਲਾ ਹੀ ਰਹਿ ਗਿਆ ਵਿਚਾਰਾ, ਉਹ ਝਾਤੀਆਂ ਮਾਰਦਾ ਇੱਕ। ਮਾਓ ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬਾਏ। ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ।